विषय में पूरा एक दुनिया साथ प्रेम तो लाला ने हकीकत में सफर बंद किया मजाज वो हकीकत की सीढ़ी है क्योंकि सरदार साहब एक जाई साईं सरदार साहब फरमाया सा के मिलना रब नु साईं सरदार जी ना पहले बंदियां दे नाल प्यार कर दे जलालुद्दीन रूमी सरकार ने फरमाया कि खुदा तक पहुंचने के बहुत से रास्ते हैं खुदा तक पहुंचने के बहुत से रास्ते हैं मगर जो सबसे आसान रास्ता मैंने चुना वो उसकी मखलूक से मोहब्बत है फिर रब फरमाना और खालिक अजलुल्लाह मखलूक खुदा का बंदा है मखलूक खुदा का बंदा है इसमें नाल मोहब्बत करो ता खुदा लबसी वरना मेरे दोस्तों जो रब लगदा नादियां तो दिया लगदा डडुआ मछिया जे रब लगदा विच मसीदा लगदा चम चरजियां जे रब लगदा जंगला अंदर लगदा कटियां मछिया रब बहु ना नु मिल से ता जिन्हां दी सचियां एक जाई बोले शाह सरकार आखे आज भी कीती जांदे हो लव भी कीती जांदे हो ਅੱਜ ਵੀ ਕੀਤੀ ਜਾਂਦੇ ਹੋ ਲੋਕ ਵੀ ਕੀਤੀ ਜਾਂਦੇ ਹੋ ਖਾ ਕੇ ਮਾਲ ਯਤੀਮਾਂ ਦੇ ਭਾਜ ਮਸੀਦੀ ਜਾਂਦੇ ਹੋ ਛੁਰੀ ਨਾ ਫੇਰੀ ਨਫਸਾਂ ਤੇ ਦੁੰਬੇ ਕੀਤੀ ਜਾਂਦੇ ਹੋ ਫਰਜ਼ ਭੁਲਾਈ ਬੈਠੇ ਹੋ ਨਫਲਾਂ ਨੀਤੀ ਜਾਂਦੇ ਹੋ ਕੁਝ ਤੇ ਦੱਸੋ ਬੋਲੇ ਸ਼ਾਹ ਨੂੰ ਕੀ ਕੀਤੀ ਜਾਂਦੇ ਹੋ ਇਹ ਕਦੇ ਕਰਨੇ ਹੋ ਖੁਦਾ ਮੇਰੇ ਦੋਸਤੋ ਉਸ ਵੇਲੇ ਲੱਭਣਾ ਜਿਸ ਵਕਤ ਮਖਲੂਕ ਰਾਜ਼ੀ ਹੋਈ ਗਈ ਮਖਲੂਕ ਕੀ ਰਾਜ਼ੀ ਕਰਨਾ ਕੋਈ ਸੌਖੀ ਗੱਲ ਨਹੀਂ ਬਾਵੇ ਸਾਈਂ ਨੰਗੇ ਸਰਕਾਰ ਨੇ ਦੌਰ ਨਿਕਾਲ ਦੱਸਣੇ ਕਿ ਬਾਵੇ ਸਰਕਾਰ ਨੇ ਕੰਡੀ ਵਿੱਚ ਸਰਕਾਰ ਨੇ ਕੀੜੇ ਪਈ ਗਏ ਸੀ ਜਿਸ ਵਕਤ ਛਾਲੇ ਪਏ ਤੇ ਤੋ ਦੱਸਣੇ ਬਈ ਸਾਡੇ ਗ੍ਰਾਮ ਪਰ ਮਾਈਆਂ ਬਾਹਰੀ ਫੇਰੀ ਤੋਂ ਕੀੜੇ ਹੁਣ ਪੱਠੇ ਵੈਸੇ ਤੋਂ ਨਾ ਮੇਲੀ ਛੁੜੇ ਹੁਣ ਤਾਂ ਕੋ ਕਲੰਦਰ ਹੈ ਆਰਫ ਹੈ ਸਰਕਾਰ ਕੀ ਪਤਾ ਲਈ ਗਿਆ ਬਈ ਜਿਹੜੀ ਮਖਲੂਕ ਮੇਰੇ ਵਜੂਦ ਤੋਂ ਗਜ਼ਾ ਕੇ ਨਹੀਂ ਪੀਸੀ ਬੜਾ ਦੂਰ ਗਿਆ ਜਨਾਬ ਫਰਮਾਇਆ ਉਹ ਕੀੜੇ ਕਿੱਥੇ ਲੈ ਆਓ ਅੰਦਰ ਨੇ ਹੱਥ ਕੌਣ ਲਾਇਆ ਤੋ ਦੱਸਣੇ ਸਰਕਾਰ ਨੇ ਬੜੀ ਤਖ ਜ਼ਬਾਨ ਸੀ ਜਨਾਬ ਨੇ ਇੱਕ ਦੋ ਗਾਲੀ ਗੜੀਆਂ ਸਰਕਾਰ ਫਰਮਾਇਆ ਲੈ ਆਓ ਤੁਹਾਡਾ ਕੇ ਖਾਣੇ ਜੇਕਰ ਖਾਣੇ ਪਏ ਤਾਂ ਗੁਲਾਮ ਹੁਸੈਨ ਵੀ ਖਾਣੇ ਪਏ ਤੋ ਇਹ ਮੇਰੇ ਦੋਸਤੋ ਮੰਜ਼ਲ ਸੌਖੀ ਨਹੀਂ ਹੈ ਗੁਲਾਮ ਹੁਸੈਨ ਹੁਸੈਨ ਦਾ ਗੁਲਾਮ ਹੁਸੈਨ ਉਹ ਹਸਤੀ ਹੈ ਜਿਸ ਛੇ ਮਾਨ ਆਲੀ ਅਸਬਰ ਉਸਨੇ ਹਲਕ ਚੋ ਤੀਰ ਲਗਾ ਜਿਹੜਾ ਘੋੜਿਆਂ ਨੂੰ ਮਾਰਿਆ ਸਾ ਨੌਜਵਾਨ ਅਲੀ ਅਕਬਰ ਇਹੋ ਸ਼ਹਿਜ਼ਾਦਾ ਜਿਸ ਦੀ ਇਹ ਮੁਸਤਫਾ ਆਖਿਆ ਜਾਂਦਾ ਸੀ ਜਨਾਬ ਨੇ ਅਲੀ ਅਕਬਰ ਮੈਂ ਕਵਿਤਾ ਖੜਾ ਲਈ ਨਾਨਾ ਯਾਦ ਦੱਸਦੇ ਹਾਂ ਜਿਸ ਵਕਤ ਕਾਸਮ ਦੀ ਵਾਰੀ ਆਈ ਤਾਂ ਕਿ ਕਾਸਮ ਤੂੰ ਮੇਰੇ ਵੀਰ ਦੀ ਨਿਸ਼ਾਨੀ ਨਹੀਂ ਤੋ ਮੇਰੇ ਦੋਸਤੋ ਇਸ ਗੱਲ ਪਰ ਗੌਰ ਕਰਿਆ ਮੀਆਂ ਸਾਹਿਬ ਸਰਕਾਰ ਨੇ ਆਖਿਆ ਹਿਰਸ ਮਜਾਜ਼ੀ ਸ਼ਾਬਤ ਬਾਜ਼ੀ ਜਿਸ ਦੇ ਅੰਦਰ ਹੁੰਦੀ ਹਰ ਇੱਕ ਸੂਰਤ ਵਿੱਚ ਨਹੀਂ ਟੱਕੇ ਪਈ ਤਬੀਅਤ ਬਣਦੀ ਜਿੱਥੇ ਚਮਕਣਾ ਚਿਹਰਾ ਤੱਕਿਆ ਉੱਥੇ ਹੀ ਦੀਵਾਨ ਹੋਈ ਗਿਆ ਆਸ਼ਕਾਨ ਕੰਮ ਦੀ ਵਪਾਰੀਆਂ ਨੇ ਕੰਮ ਇਹ ਮਜਾਜ਼ ਨਹੀਂ ਹਿਰਸ ਹੈ ਇਸ਼ਕ ਨਹੀਂ ਹੈ ਤੋ ਸਰਕਾਰ ਫਰਮਾਣੇ ਇਸ ਤਰ੍ਹਾਂ ਤੇਰੀ ਦਵਨ ਮੁਹੰਮਦ ਤਾਈ ਸਦਕਾ ਸ਼ਾਰੇ ਜਿਲਾਨੀ ਓ ਹਰ ਮੁਰਸ਼ਦ ਦਾ ਖਾਨਾ ਗਾਵਾ ਹਰ ਮੁਰਸ਼ਦ ਦਾ ਖਾਨਾ ਗਾਵਾ ਅੱਜ ਦੀ ਜ਼ਰੂਰੀ ਬਣੀ ਮਿਲ ਮਾਰੇ
बगीचा लाल बनान पत्थर दा कामिल मर्द मोहम्मद बगीचा लाल बनान पत्थर दा ਦੀ ਕੁੰਜੀ ਯਾਰ ਹੱਥ ਮਰਦਾਂ ਦੇ ਆਈ ਮਰਦ ਨਿਗਾਹ ਕਰਨ ਜਿਸ ਵੇਲੇ ਮੁਸ਼ਕਿਲ ਰਵੇ ਨਕਾਈ ਮਰਦ ਨਿਗਾਹ ਕਰਨ ਜਿਸ ਵੇਲੇ ਮੁਸ਼ਕਿਲ ਰਵੇ ਨਕਾਈ ਮੇਰਾ ਮੇਲ ਮੁਲਾਕਾਤ ਤੂੰ ਹੈ ਅਫਸਰ ਕਮਾਲ ਸਾਹਿਬ ਇਕਬਾਲੀ ਜੀ ਜਾਈ ਆਖਣੇ ਕਿ ਮਿਲੀ ਵਿਛੜੇ ਮਿਲਣ ਦਾ ਨਾਮ ਮਿਲਦਾ ਬਿਨਾਂ ਬੇਲੀਆਂ ਕਦੂ ਸੁਹਾਏ ਮੇਲਾ ਬਿਨਾਂ ਜਾਣੀ ਨਾ ਜਾਨ ਨੂੰ ਖਾਏ ਮੇਲਾ ਪੁੱਛੋ ਉਹਨਾਂ ਨੂੰ ਜਿਹਨਾਂ ਨੇ ਸੰਗ ਟੁੱਟੇ ਮੇਲੇ ਵਿੱਚ ਕੋਈ ਕਣ ਆਇਆ ਹੈ ਮੇਲਾ ਇਹ ਮੇਲਾ ਸੌਖੀ ਜੀ ਗੱਲ ਨਹੀਂ ਜਿੱਥੇ ਯਾਰ ਮਿਲ ਪਵੇ ਉਹ ਮੇਲਾ ਜਿੱਥੇ ਯਾਰ ਵਿਛੜ ਜਾਏ ਉਹ ਵੀਰਾਨਾ ਆ ਬੰਦਾ ਹੈ ਹਜੇ ਸਾਡੇ ਕੋਲ ਆਖਿਆ ਸਰ ਆਪਣੇ ਘਰ ਦਾ ਗੁਮਾਨ ਹੁੰਦਾ ਜਿਹੜੀ ਰਾਤ ਵੀਰਾਨੇ ਵਿੱਚ ਲੈ ਲੈਂਦਾ ਜੇ ਯਾਰ ਨਾਲ ਬੈਠਾ ਹੈ ਯਾਰ ਨਹੀਂ ਬੜੀ ਖਾਸ ਡਿਫਨੇਸ਼ਨ ਲਿਆ ਜਿਹੜਾ ਹਰ ਦੁੱਖ ਦਰਦ ਤੁਸੀਂ ਨਾ ਸਮਝਣਾ ਜਿਹੜਾ ਹਰ ਦੁੱਖ ਦਰਦ ਤੁਸੀਂ ਨਾ ਸਮਝਣਾ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਮਨ ਕੁੰ ਤੋ ਮੌਲਾ ਫਾਜ ਅਲੀ ਮੌਲਾ ਜਿਸ ਦਾ ਮੈਂ ਮੌਲਾ ਉਸ ਦਾ ਅਲੀ ਮੌਲਾ ਅਲੀ ਮੇਰਾ ਵੀਰ ਹੈ ਅਲੀ ਨਹੀਂ ਮੇਰੇ ਨਾਲ ਮਿਸਾਲ ਐਸੀ ਹੈ ਜੈਸੇ ਮੂਸਾ ਦੇ ਨਾਲ ਹਾਜ਼ਰ ਹੋਇਆ ਤੋ ਮੇਰੇ ਦੋਸਤੋ ਐਸੀਆਂ ਮੌਕਿਆਂ ਪਰ ਦੂਰ ਦੀਆਂ ਸੱਜਣਾ ਨਹੀਂ ਜਾਂ ਦੁਨੀਆਂ ਦੁਨੀਆਂ ਬੇਰੀਆਂ ਨੂੰ ਬੜੀ ਲਾਦਸ ਨਹੀਂ ਕੋਈ ਕਦੋਂ ਬੰਦ ਕੇ ਸਿਨੇਮਾ ਦੇ ਚ ਸਾਡੇ ਭਾਈ ਇਬਰਾਹਿਮ ਸ਼ਹੀਦ ਔਰ ਮੇਰੇ ਭਾਈ ਮੁਹੰਮਦ ਸ਼ਫੀਕ ਅਲ ਮਾਰੂਫ ਹੁਣਾ ਔਰ ਵੀ ਸਾਡੇ ਸਾਡੇ ਜਿਤਨੇ ਵੀ ਸਾਡੇ ਬੰਦ ਕੋ ਚਲੀ ਗਏ ਸਾਰਿਆਂ ਭਰਾ ਨੇ ਦਰਦ ਵਿੱਚ ਬੰਦਾ ਤੇ ਸਰਕਾਰ ਫਰਮਾਉਣੇ ਇਸ ਤਰ੍ਹਾਂ ਫਟੁਰ ਗਏ ਯਾਰ Thank you.
शादी आई थी तो जनानी को देख लगी तो साखा कर दो क्या करो क्या पता जिंदगी ना तुम गरीब सी है उस आखिया जरा हूँ रमजान असना पे इंशाल्लाह लाजमी रख सा जड़ा मिठा खाने बड़ा ठंडी सा वो एक तरह इस तरह होया भाई जिस वाला चंद चढ़िया ना बीवी दसिया उस आखिया भाई चंद चढ़िया रमजान ना तो भली रोजा है नशे जी गा सा दिहाड़े सर्दियाँ ने से उस आखिया कोई मसला नहीं शामी गया बड़ा बाजारू जलेबी आनी से उस आखिया फजरी रोजा रखा शुगर जरा बराबर कर रखा जलेबी खाई था उस जनानी का काम किया उस जलेबी जनाब को बाहर शेड होने से सर पुराने दौरे उस शेड रखी अपर को थाली चाहिए थी उस पांडे भाई था ना अपर थाली चाहिए थी रात को बिल्ली आई वो दुदन चकने चली उस छाल मारी जिस वाले सुंगया संगया सा थाली अबरू लेगी तो उठा जलेबी जमू मारने की जनानी की अख खुली उस तकिया में जलेबी हमारा बिल्ली खाने की उसका काम किया पतिया से जलेबी मबरू होगी तो चाहे कोठे छटी छोड़ फजरी जिस मौलवी साहब जगाया रोजेदारो अल्लाह ने प्यारो उठो रोजा रखो
ਉਹ ਸਿੱਧੀ ਗਈ ਤਾਂ ਆਖਣ ਲਈ ਗੱਲ ਸੁਣੋ ਪੱਪੂ ਨੇ ਆਪਾਂ ਉੱਠੋ ਜਿਹੜੇ ਰੋਜ਼ਾ ਬੰਦ ਹੋਣੇ ਟਾਈਮ ਆ ਉੱਥੋਂ ਹੀ ਰਜ਼ਾਈ ਵਿੱਚ ਆਉਣਾ ਹੈ ਜਲੇਬੀ ਕੁੱਥੇ ਹੈ ਉਸ ਆਇਆ ਜਲੇਬੀ ਬਿੱਲੀ ਖਾਈ ਗਈ ਉਸ ਆਇਆ ਰੋਜ਼ਾ ਬਿੱਲੀ ਮਾੜਾ ਕੋਲ ਨਹੀਂ ਟਿਕਣਾ ਸ਼ੁਕਰ ਨਾ ਬਰਾਬਰ ਹੋਇਆ ਤਾਂ ਤੂੰ ਮੇਰੇ ਦੋਸਤੋ ਇਹ ਕਾਫੀ ਸ਼ੇਰ ਇਸ ਤਰ੍ਹਾਂ ਸੇ ਮੈਂ ਕੋਸ਼ਿਸ਼ ਕਰ ਸਕਾਂ ਸਭੀ ਸਫਲ ਮਨੁੱਖ ਮੈਂ ਦੋ ਚਾਰ ਪੰਜ ਸੁਣਾ ਸਰਕਾਰ ਫਰਮਾਉਂਦੀ ਸੁਣਾ ਨਾ
ਆਉਂਦੇ।